ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫਿਜ਼ੀਕਲ ਟ੍ਰਾਇਲ ਸੀਗੇ ਜਿਹੜੇ ਕੋਂਸਟੇਬਲ ਦੇ, ਉਹ ਸਾਰੇ ਕੰਪਲੀਟ ਹੋ ਚੁੱਕੇ ਨੇ 2 ਤਰੀਕ ਤੱਕ। ਅਤੇ ਉਸ ਤੋਂ ਬਾਅਦ ਜੇ ਕਿਸੇ ਦਾ ਰਹਿੰਦਾ ਸੀਗਾ, ਜਿਹਨੇ ਕਿਸੇ ਨੇ ਡੇਟ ਡੂਟ ਜਿਹੜੀ ਅੱਗੇ ਵਧਾਈ ਸੀਗੀ, ਜਿਵੇਂ ਕਿਸੇ ਦਾ 28 ਦਾ ਸੀਗਾ, 29 ਦਾ ਸੀਗਾ, ਅਤੇ ਉਹਨਾਂ ਨੇ ਮੇਲ ਪਾ ਕੇ ਆਪਣੀਆਂ ਜਿਹੜੀਆਂ ਡੇਟਸ ਨੇ ਉਹ ਅੱਗੇ ਵਧਾਈਆਂ ਸੀਗੀਆਂ, ਉਹ ਵੀ ਹੁਣ ਸਾਰੇ ਜਿਹੜੇ ਹੈਗੇ ਨੇ ਕਲੀਅਰ ਹੋ ਚੁੱਕੇ ਨੇ। ਯਾਨੀ ਕਿ ਓਵਰਆਲ ਜਿਹੜਾ ਹੈਗਾ ਪੰਜਾਬ ਪੁਲਿਸ ਕੋਂਸਟੇਬਲ ਦੀ ਭਰਤੀ ਵਾਸਤੇ ਜਿਹੜੇ ਟ੍ਰਾਇਲ ਹੈ ਉਹ 7-8 ਦਿਨ ਜਿਹੜੇ ਸੀਗੇ ਉਹ ਸਾਰੇ ਖਤਮ ਹੋ ਚੁੱਕੇ ਨੇ, ਅਤੇ ਟ੍ਰਾਇਲ ਵੀ ਸਾਰੇ ਕੈਂਡੀਡੇਟ ਜਿਨ੍ਹਾਂ ਨੇ ਵੀ ਜਾਣਾ ਸੀਗਾ ਟ੍ਰਾਇਲ ਦੇਣ ਉਹ ਵੀ ਸਾਰੇ ਦੇ ਚੁੱਕੇ ਨੇ। ਅਤੇ ਉਸ ਤੋਂ ਬਾਅਦ ਹੀ ਆਪਾਂ ਅੱਜ ਗੱਲ ਕਰਦੇ ਹਾਂ, ਜਿਵੇਂ ਆਪਾਂ ਡੇਲੀ ਵੀਡੀਓ ਪਾਉਂਦੇ ਹੀ ਸੀਗੇ ਕਿ ਅੱਜ ਕਿੰਨੇ ਬੱਚੇ ਨੇ ਜਿਹੜਾ ਹੈਗਾ ਕੈਂਡੀਡੇਟ ਨੇ ਜਿਹੜਾ ਟ੍ਰਾਇਲ ਪਾਸ ਕੀਤਾ, ਅਤੇ ਉਹੀ ਉਸਦੀ ਸਾਰੀ ਓਵਰਆਲ ਪਰਸੈਂਟੇਜ ਨੂੰ ਮਿਲਾ ਕੇ ਹੀ ਆਪਾਂ ਅੱਜ ਦੀ ਜਿਹੜੀ ਵੀਡੀਓ ਹੈ ਉਹ ਬਣਾ ਰਹੇ ਹਾਂ ਕਿ ਬੱਚੇ ਸੀਗੇ ਜਿਹੜੇ ਆਪਾਂ ਨੂੰ ਜਿਵੇਂ ਡੇਲੀ ਪਤਾ ਹੀ ਲੱਗਦਾ ਰਿਹਾ ਹੈ ਕਿ 30 ਦੇ ਗਰੁੱਪ ਸੀਗੇ ਕੈਂਡੀਡੇਟ ਦੇ, 30-30 ਦੇ ਗਰੁੱਪ, ਕੁੜੀਆਂ ਦਾ ਵੀ 30 ਦਾ ਗਰੁੱਪ ਸੀਗਾ ਅਤੇ ਮੁੰਡਿਆਂ ਦੇ ਵੀ 30 ਦੇ ਗਰੁੱਪ ਦੇ ਵਿੱਚੋਂ ਭਜਾਏ ਜਾ ਰਹੇ ਸੀਗੇ। ਅਤੇ 30 ਦੇ ਗਰੁੱਪ ਜੇ ਆਪਾਂ ਐਵਰੇਜ ਮੰਨ ਕੇ ਚੱਲੀਏ, ਪਰਸੈਂਟੇਜ ਦੀ ਗੱਲ ਕਰੀਏ, ਤਾਂ 50% ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਰੇਸ ਕਲੀਅਰ ਕੀਤੀ ਹੈ। ਸਾਰੀ ਗੱਲ ਮਤਲਬ ਰੇਸ ਵੀ, ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਲੌਂਗ ਜੰਪ ਹੁੰਦਾ ਹੈ, ਹਾਈ ਜੰਪ ਹੁੰਦਾ ਹੈ, 50% ਤੋਂ ਜ਼ਿਆਦਾ ਪ੍ਰੋਬੀਬਿਲਿਟੀ ਇਹਦੀ ਨਹੀਂ ਹੈ, 50% ਹੈ। ਕਿਉਂਕਿ ਦੇਖੋ ਬੱਚੇ ਜਿਹੜੇ ਹੈਗੇ ਨੇ 15 ਕੁ ਕੈਂਡੀਡੇਟ ਸੀਗੇ ਜਿਹੜੇ ਉਹ ਕਲੀਅਰ ਕਰਦੇ ਸੀਗੇ ਰੇਸ, ਉਸ ਤੋਂ ਬਾਅਦ 3-4 ਜਿਹੜੇ ਕੈਂਡੀਡੇਟ ਸੀਗੇ ਉਹ ਲੌਂਗ ਜੰਪ ਦੇ ਵਿੱਚ ਆਊਟ ਹੋ ਜਾਂਦੇ ਸੀਗੇ ਅਤੇ 1-2 ਹਾਈ ਜੰਪ ਦੇ ਵਿੱਚ। ਤਾਂ ਐਵੇਂ ਮਿਲਾ ਕੇ ਵੀ 15 ਤੋਂ ਉੱਪਰ ਤਾਂ ਕਿਸੇ ਗਰੁੱਪ ਦੇ ਵਿੱਚ ਕੈਂਡੀਡੇਟ ਗਏ ਹੀ ਨਹੀਂ, ਉਸ ਤੋਂ ਘੱਟ ਹੀ ਹੋ ਸਕਦੇ ਨੇ, ਕਿਸੇ 'ਚ 10, ਕਿਸੇ 'ਚ 12, ਅਤੇ ਕਿਸੇ ਕਿਸੇ 'ਚ ਜੇਕਰ 18 ਵੀ ਚਲੇ ਗਏ ਤਾਂ ਉਹ ਐਵਰੇਜ ਕਰਕੇ ਹੀ ਆਪਾਂ 15 ਤੋਂ ਥੱਲੇ ਕਿਹਾ ਹੈ ਵੀ 50% ਦੀ ਜਿਹੜੀ 30 ਦੇ ਵਿੱਚੋਂ ਪ੍ਰੋਬੀਬਿਲਿਟੀ ਹੈ ਕਿ ਉਹ 15% 50% ਬੱਚਿਆਂ ਨੇ ਹੀ ਕਲੀਅਰ ਕੀਤਾ ਹੈ। ਉਸ ਤੋਂ ਬਾਅਦ ਜੇਕਰ ਆਪਾਂ ਕੁੜੀਆਂ ਦੀ ਗੱਲ ਕਰੀਏ, ਉਹਨਾਂ ਦੀ ਪ੍ਰੋਬੀਬਿਲਿਟੀ ਇਸ ਤੋਂ ਵੀ ਘੱਟ ਹੈ। ਉਹਨਾਂ ਨੇ ਜਿਹੜਾ ਕੀਤਾ ਜਿਵੇਂ 30 ਦਾ ਗਰੁੱਪ ਸੀਗਾ ਜੇਕਰ ਉਹਨਾਂ ਦਾ, ਤਾਂ ਉਹਦੇ ਵਿੱਚੋਂ 7-8 ਹੀ ਜਿਹੜਾ ਓਵਰਆਲ ਜਿਹੜੀਆਂ ਕਲੀਅਰ ਨੇ ਉਹ ਕਰ ਪਾਈਆਂ ਨੇ, ਕਿਉਂਕਿ 10 ਬੱਚੇ ਹੀ ਉਹਨਾਂ ਦੇ ਸਿਲੈਕਟ ਹੁੰਦੇ ਸੀਗੇ ਰੇਸ ਦੇ ਵਿੱਚੋਂ, ਅਤੇ ਅੱਗੇ ਫਿਰ 2 ਜਾਂ 3 ਹਾਈ ਜੰਪ ਜਾਂ ਲੌਂਗ ਜੰਪ ਦੇ ਵਿੱਚੋਂ ਆਊਟ ਹੋ ਜਾਂਦੇ ਸੀਗੇ। ਤਾਂ ਉਹਨਾਂ ਦੀ ਪ੍ਰੋਬੀਬਿਲਿਟੀ ਇਸ ਤੋਂ ਵੀ ਘੱਟ ਹੈ। ਉਹਨਾਂ ਦੀ ਪ੍ਰੋਬੀਬਿਲਿਟੀ ਸੀਗੀ ਕਿ 30 ਦੇ ਵਿੱਚੋਂ 10 ਬੱਚੇ ਹੀ ਜਿਹੜੇ ਓਵਰਆਲ ਕਲੀਅਰ ਕਰ ਰਹੇ ਸੀਗੇ, 8 ਹੀ ਮੰਨ ਕੇ ਚੱਲੋ, 8 ਜਾਂ 9 ਇੰਨੇ ਬੱਚੇ ਜਿਹੜਾ ਹੈਗਾ ਉਹ ਕਲੀਅਰ ਕੀਤਾ। ਤਾਂ ਐਜ਼ ਕੰਪੇਅਰ ਟੂ ਜੇਕਰ ਆਪਾਂ ਪ੍ਰੀਵੀਅਸ ਜਿਹੜਾ ਪੇਪਰ ਹੋਇਆ ਸੀਗਾ 2023 ਦਾ, ਅਤੇ ਉਹਦੇ ਵਿੱਚ ਜਿਹੜਾ ਰੇਸ ਹੈ ਉਹਦੇ ਵਿੱਚ ਉਹਦੇ ਵਾਸਤੇ ਤੁਹਾਨੂੰ ਜਿਹੜਾ ਹੈਗਾ 2-3 ਮਹੀਨੇ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਸੀਗਾ, ਪਰ ਇਸ ਵਾਰੀ ਸਿਰਫ 1 ਹਫ਼ਤੇ ਦਾ ਟਾਈਮ ਹੀ ਤੁਹਾਨੂੰ ਮਿਲਿਆ। 1 ਹਫ਼ਤੇ ਦਾ ਵੀ ਨਹੀਂ ਆਪਾਂ ਕਹਿ ਸਕਦੇ ਕਿ ਜਿਸ ਦਿਨ ਰਿਜ਼ਲਟ ਆਇਆ ਉਸੇ ਦਿਨ ਜਿਹੜਾ ਹੈਗਾ ਇਹਨਾਂ ਨੇ ਮੈਰਿਟ ਲਿਸਟ ਕੱਢਤੀ ਸੀਗੀ ਸ਼ਾਮ ਨੂੰ, ਅਤੇ ਆਪਣਾ ਸਕੋਰ ਕਾਰਡ ਜਿਹੜਾ ਹੈਗਾ ਉਹ ਜਾਰੀ ਕਰਤਾ ਸੀਗਾ। ਯਾਨੀ ਕਿ ਜਿਹੜਾ ਕੈਂਡੀਡੇਟ ਦਾ ਲੇਟ ਸੀਗਾ ਥੋੜ੍ਹਾ ਜਿਹਾ, ਉਹਨੂੰ 10 ਕੁ ਦਿਨ ਦਾ ਟਾਈਮ ਮਿਲ ਗਿਆ ਹੋਵੇ, ਬਾਕੀ ਜਿਨ੍ਹਾਂ ਦਾ ਨੇੜੇ ਸੀਗਾ ਉਹਨਾਂ ਨੂੰ ਬਹੁਤ ਘੱਟ ਟਾਈਮ ਜਿਹੜਾ ਹੈਗਾ ਉਹ ਮਿਲਿਆ ਸੀ ਫਿਜ਼ੀਕਲ ਦੀ ਤਿਆਰੀ ਕਰਨ ਵਾਸਤੇ। ਤਾਂ ਉਹੀ ਹੈ ਕਿ ਜਿਹੜੇ ਬੱਚਿਆਂ ਦੀ ਪਹਿਲਾਂ ਤੋਂ ਤਿਆਰੀ ਸੀਗੀ ਉਹਨਾਂ ਨੇ ਹੀ ਰੇਸ ਕੱਢੀ ਹੈ, ਅਤੇ ਜਿਨ੍ਹਾਂ ਦੇ ਆਪਾਂ ਇਹ ਵੀ ਮੰਨ ਕੇ ਚੱਲ ਸਕਦੇ ਹਾਂ ਕਿ ਜਿਨ੍ਹਾਂ ਦੇ ਨੰਬਰ ਜ਼ਿਆਦਾ ਹੁੰਦੇ ਨੇ ਤਾਂ ਉਹ ਜ਼ਿਆਦਾ ਪੜ੍ਹਦੇ ਨੇ, ਤਾਂ ਉਹਨਾਂ ਦਾ ਗਰਾਊਂਡ ਵੱਲ ਘੱਟ ਧਿਆਨ ਹੁੰਦਾ, ਅਤੇ ਬਾਕੀ ਜਿਹੜੇ ਜਿਵੇਂ ਨੰਬਰ ਜਿਹਦੇ 70, 75, 60, 65 ਇਹ ਲੈਣ ਦੇ ਵਿੱਚ ਹੁੰਦੇ ਨੇ, ਤਾਂ ਉਹ ਬੱਚੇ ਫਿਜ਼ੀਕਲ ਵੱਲ ਜ਼ਿਆਦਾ ਜਿਹੜੇ ਇਹ ਰਹਿੰਦੇ ਨੇ, ਆਪਾਂ ਨੂੰ ਇਹ ਆਪਾਂ ਇੱਕ ਅੰਦਾਜ਼ਾ ਨਹੀਂ ਕਹਿ ਸਕਦੇ, ਇਹਨੂੰ ਆਪਾਂ ਪਤਾ ਹੀ ਹੈ ਕਿ ਜਿਹੜਾ ਬੱਚਾ, ਕਿਉਂਕਿ ਦੇਖੋ ਉਹ ਜ਼ਿਆਦਾ ਟਾਈਮ ਆਪਣਾ ਸਟੱਡੀ ਨੂੰ ਦਊਗਾ ਤਾਂ ਬਾਕੀ ਐਕਟੀਵਿਟੀ ਵੱਲ ਘੱਟ ਧਿਆਨ ਦਊਗਾ, ਤਾਂ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ ਉਹਨਾਂ ਦੇ ਆਈ ਥਿੰਕ ਜਿਹੜਾ ਟ੍ਰਾਇਲ ਹੈ ਉਹ ਕਲੀਅਰ ਨਹੀਂ ਹੋਇਆ ਹੋਣਾ, ਅਤੇ ਜਿਹੜੇ ਘੱਟ ਨੰਬਰ ਵਾਲੇ ਨੇ ਉਹੀ ਜਿਹੜਾ ਟ੍ਰਾਇਲ ਹੈ ਉਹ, ਜਾਂ ਫਿਰ ਐਵਰੇਜ ਬਣ ਕੇ ਚੱਲ ਸਕਦੇ ਹਾਂ 60 ਤੋਂ 65 ਤੋਂ ਲੈ ਕੇ 75-80 ਦੇ ਵਿੱਚ ਵਿੱਚ ਜਿਹਦੇ ਨੰਬਰ ਨੇ ਉਹਨਾਂ ਨੇ ਬੱਚਿਆਂ ਨੇ ਹੀ ਜਿਹੜਾ ਟ੍ਰਾਇਲ ਹੈ ਉਹ ਕੱਢਿਆ ਹੋਵੇ।
ਅਤੇ ਮਤਲਬ ਇਹ ਤਾਂ ਆਪਣੀ ਗੱਲ ਹੋ ਗਈ ਕਿ ਟ੍ਰਾਇਲ ਦੀ ਕਿ ਕਿਹਨਾਂ ਨੇ ਟ੍ਰਾਇਲ ਕੱਢਿਆ ਹੋਣਾ, ਅਤੇ ਬਾਕੀ ਆਪਾਂ ਇੱਕ ਜਿਹੜਾ ਪੂਲ ਹੈ ਉਹ ਇੱਕ ਬਣਾ ਕੇ ਅੱਜ ਪਾਵਾਂਗੇ, ਜਿਹਦੇ ਵਿੱਚ ਤੁਸੀਂ ਜਿਹਨੇ ਜਿਹਨੇ ਟ੍ਰਾਇਲ ਕਲੀਅਰ ਕੀਤਾ ਹੈ ਉਹ ਆਪਣੇ ਆਪਣੇ ਨੰਬਰ ਦੇ ਸਾਹਮਣੇ ਉੱਤੇ ਜਿਹੜਾ ਹੈਗਾ ਟਿਕ ਲਾ ਦਿਓ, ਤਾਂ ਕਿ ਅਤੇ ਉੱਥੇ ਕੈਟੇਗਰੀ ਮੈਂਸ਼ਨ ਵੀ ਕਰ ਦਿਓ ਨਾਲ ਕਿ ਕਿਹੜੀ ਕੈਟੇਗਰੀ ਹੈ, ਤਾਂ ਕਿ ਆਪਾਂ ਨੂੰ ਇੱਕ ਆਈਡੀਆ ਜਿਹਾ ਮਿਲ ਜੇ ਕਿ ਕਿੰਨੇ ਕੁ ਨੰਬਰ ਵਾਲਿਆਂ ਨੇ ਕਲੀਅਰ ਕੀਤਾ ਹੈ ਜਿਹੜਾ ਫਿਜ਼ੀਕਲ ਟ੍ਰਾਇਲ ਹੈ, ਅਤੇ ਕੀ ਇਹਦੀ ਜਿਹੜੀ ਹੈਗੀ ਹੈ ਕੱਟ ਆਫ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ। ਵੈਸੇ ਇਹਦਾ ਰਿਜ਼ਲਟ ਜਿਹੜਾ ਉਹ ਜਲਦ ਹੀ ਐਲਾਨਾ ਜਾਵੇਗਾ, ਕਿਉਂਕਿ ਇੰਨੀ ਜਲਦੀ ਜਿਹੜਾ ਟ੍ਰਾਇਲ ਹੈ, ਅਤੇ ਇਹੀ ਕਿਹਾ ਸੀਗਾ ਭਗਵੰਤ ਮਾਨ ਜੀ ਨੇ ਕਿ ਜਨਵਰੀ ਦੇ ਵਿੱਚ ਨਵੀਂ ਨੋਟੀਫਿਕੇਸ਼ਨ ਕੱਢਿਆ ਕਰਾਂਗੇ ਆਪਾਂ, ਅਤੇ ਜੂਨ ਜੁਲਾਈ ਦੇ ਵਿੱਚ ਪੇਪਰ ਹੋਇਆ ਕਰੂਗਾ, ਉਸ ਤੋਂ ਬਾਅਦ ਨਵੰਬਰ ਦਸੰਬਰ ਦੇ ਵਿੱਚ ਇਹਦੇ ਫਿਜ਼ੀਕਲ ਟ੍ਰਾਇਲ, ਅਤੇ ਦਸੰਬਰ ਦੇ ਐਂਡ ਤੱਕ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਕੱਢ ਦਿੱਤਾ ਜਾਇਆ ਕਰੇਗਾ, ਤਾਂ ਕਿ ਦੁਬਾਰੇ ਤੋਂ ਫਿਰ ਨਵੇਂ ਸਾਲ ਤੋਂ ਨਵੀਂ ਨੋਟੀਫਿਕੇਸ਼ਨ ਜਿਹੜਾ ਹੈਗਾ 5 ਸਾਲ ਦਾ ਪੀਰੀਅਡ ਹੈ ਉਹਦੇ ਵਿੱਚ ਆਪਾਂ ਨਵਾਂ ਨੋਟੀਫਿਕੇਸ਼ਨ ਜਨਵਰੀ ਤੋਂ ਦੁਬਾਰਾ ਫਿਰ ਸਟਾਰਟ ਕਰੀਏ, ਤਾਂ ਇਹਦਾ ਰਿਜ਼ਲਟ ਦਸੰਬਰ ਦੇ ਐਂਡ ਤੱਕ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਅਤੇ ਉਸ ਤੋਂ ਹੁਣ ਰਿਜ਼ਲਟ ਦੇ ਵਿੱਚ ਮਤਲਬ ਹੁਣ ਫਿਜ਼ੀਕਲ ਤੋਂ ਬਾਅਦ ਕਿਆ ਕੁਛ ਹੋਣਾ ਉਹ ਆਪਾਂ ਇੱਕ ਅਲੱਗ ਤੋਂ ਸੈਪਰੇਟ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ, ਅਤੇ ਜਿਹੜੇ ਵੀ ਤੁਹਾਡੇ ਡਾਊਟ ਸੀਗੇ ਆਈ ਥਿੰਕ ਉਹ ਸਾਰੇ ਕਲੀਅਰ ਹੋ ਗਏ ਹੋਣੇ। ਅਤੇ ਰਹੀ ਗੱਲ ਮੈਰਿਟ ਲਿਸਟ ਦੀ, ਇਹ ਆਪਾਂ ਪੂਲ ਤੋਂ ਬਾਅਦ ਮੈਰਿਟ ਲਿਸਟ ਇੱਕ ਬਣਾ ਦਾਂਗੇ, ਜਿਵੇਂ ਜਿਹਦੇ ਵਿੱਚ ਆਪਾਂ ਨੂੰ ਸਾਰਿਆਂ ਦੇ ਨੰਬਰ ਜਿਹੜੇ ਹੈਗੇ ਨੇ ਜਿੰਨੇ ਬੱਚਿਆਂ ਨੇ ਕਲੀਅਰ ਕੀਤਾ ਉਹ ਆਪਾਂ ਨੂੰ ਪਤਾ ਲੱਗ ਜਾਣੇ ਆ। ਅਤੇ ਤੁਹਾਡਾ ਜੇਕਰ ਕੋਈ ਵੀ ਡਾਊਟ ਹੋਵੇ ਤਾਂ ਨੀਚੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ, ਅਤੇ ਲਿਸਟ ਮੈਰਿਟ ਲਿਸਟ ਇਸ ਦੁਆਰ ਜਿਹੜਾ ਹੈ ਘੱਟ ਨੰਬਰ 'ਤੇ ਹੀ ਲੱਗੂਗੀ, ਕਿਉਂਕਿ ਇੱਕ ਤਾਂ ਬੱਚਿਆਂ ਨੇ ਜਿਹੜਾ ਹੈਗਾ ਫਿਜ਼ੀਕਲ ਬਹੁਤ ਘੱਟ ਕਲੀਅਰ ਕੀਤਾ ਹੈ, ਦੂਸਰੀ ਗੱਲ ਬੱਚੇ ਜਿਹੜੇ ਹੈਗੇ ਨੇ ਆਲਰੇਡੀ ਲੱਗ ਵੀ ਚੁੱਕੇ ਨੇ, ਜਿਵੇਂ ਪੰਜਾਬ ਪੁਲਿਸ ਦੀ ਹੁਣ ਭਰਤੀ ਹੋ ਗਈ ਕੋਂਸਟੇਬਲ ਦੀ, ਤਾਂ ਜਿਨ੍ਹਾਂ ਬੱਚਿਆਂ ਨੇ ਪੇਪਰ ਦਿੱਤਾ ਸੀਗਾ ਉਹ ਆਲਰੇਡੀ ਜੁਆਇਨ ਹੋ ਚੁੱਕੇ ਨੇ ਤਾਂ ਉਹ ਫਿਜ਼ੀਕਲ ਦੇਣ ਨਹੀਂ ਆਏ ਹੋਣੇ। ਦੂਸਰੀ ਗੱਲ ਕਿ ਹਰਿਆਣੇ ਵਾਲੇ ਬੱਚੇ ਬਹੁਤ ਹੁੰਦੇ ਨੇ ਪੇਪਰ ਦੇਣ ਵਾਲੇ, ਤਾਂ ਹਰਿਆਣੇ ਦੇ ਵਿੱਚ ਵੀ 24,000 ਕੈਂਡੀਡੇਟ ਦੀ ਜਿਹੜੀ ਹੈਗੀ ਹੈ ਰਿਜ਼ਲਟ ਆ ਚੁੱਕਿਆ, ਤਾਂ ਉੱਥੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਹੈਗੇ ਨੇ ਭਰਤੀ ਹੋ ਚੁੱਕੇ ਨੇ, ਤਾਂ ਉਹ ਨਹੀਂ ਚਾਹੁੰਗੇ ਕਿ ਆਪਣਾ ਸਟੇਟ ਛੱਡ ਕੇ ਅਸੀਂ ਦੂਸਰੇ ਸਟੇਟ ਦੇ ਵਿੱਚ ਜਾਈਏ, ਤਾਂ ਉਹ ਵੀ ਆਲਰੇਡੀ ਜਿਹੜੇ ਹੈਗੇ ਨੇ ਜੁਆਇਨ ਹੋ ਚੁੱਕੇ ਨੇ। ਇਹ ਸਾਰਿਆਂ ਨੂੰ ਹੀ ਧਿਆਨ ਰੱਖਦੇ ਹੋਏ ਮੈਂ ਜਿਹੜਾ ਕਿਹਾ ਕਿ ਮੈਰਿਟ ਇਸ ਵਾਰੀ ਜਿਹੜੀ ਹੈਗੀ ਆ ਉਹ ਘੱਟ ਜਾਵੇਗੀ, ਠੀਕ ਹੈ ਜੀ। ਅਤੇ ਬਾਕੀ ਜੇਕਰ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਹੋ, ਆਪਾਂ ਸਾਰਿਆਂ ਦੇ ਜਿਹੜੇ ਤੁਹਾਡੇ ਕਮੈਂਟ ਹੋਣਗੇ ਉਹਦੇ ਜਿਹੜੇ ਜਵਾਬ ਹੋਣਗੇ ਉਹ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ, ਥੈਂਕ ਯੂ।